मोगा ਦੇ ਵਿੱਚ ਸਕੂਲ ਬੱਸਾਂ ਦੀ ਟਰੱਕ ਦੇ ਨਾਲ ਭਿਆਨਕ ਟੱਕਰ ਹੋਈ ਹੈ ਬੱਚੇ ਜ਼ਖਮੀ ਹੋਏ ਹਨ ਮੋਗਾ ਦੇ ਵਿੱਚ ਸਕੂਲ ਬੱਸਾਂ ਦੀ ਟੱਕਰ ਹੋਈ ਹੈ ਟਰੱਕ ਦੇ ਨਾਲ ਭਿਆਨਕ ਟੱਕਰ ਹੋਈ ਕਈ ਬੱਚੇ ਜ਼ਖਮੀ ਹੋਏ ਹਨ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਰਾਹਾਂਗੀਰਾਂ ਨੇ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਹੈ ਭਾਈ ਜੀ ਮੈਂ ਵੀ ਮਗਰ ਹੀ ਆ ਰਿਹਾ ਸੀ ਬ੍ਰੈਂਡ ਦੇ ਇਹ ਜਿਹੜੀ ਬੱਸ ਹੈ ਸਕੂਲ ਦੇ ਟਰੱਕ ਨੂੰ ਓਵਰਟੇਕ ਕਰਕੇ ਮੂਹਰੇ ਤੁਰੀ ਆਉਂਦੀ ਹੈ ਮੈਂ ਵੀ ਇਧਰ ਹੀ ਮੁੜਨਾ ਸੀ ਜਦੋਂ ਬੱਸ ਆ ਕੇ ਖੜ ਗਈ ਜਦੋਂ ਬਰਾਬਰ ਟਰੱਕ ਆ ਗਿਆ ਬੱਸ ਤੋਰਤੀ ਤੇ ਬੱਸ ਦਾ ਜਿਹੜਾ ਪਿੱਛਾ ਪਾਸਾ ਉਹ ਬਾਹਰ ਆ ਗਿਆ ਰੋਡ ਤੋਂ ਉਹਦੇ 'ਚ ਹਿੱਟ ਲੱਗ ਗਈ ਟਰੱਕ ਡਰਾਈਵਰ ਨੇ ਆਪਦੀ ਜਾਨ ਜੋਖੇ 'ਚ ਪਾ ਕੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਟਰੱਕ ਵਾਲੇ ਦੀ ਲਾਪਰਵਾਹੀ ਆਪੇ ਹੀ ਹੋ ਗਈ ਜੀ ਜਦੋਂ ਮੈਂ ਕਿਸੇ ਦੇ ਮੂਹਰੇ ਚੀਜ਼ ਕਰਦਾ ਆਫਸਰ ਰੋਡ ਵਗਦਾ ਸਾਡਾ ਹੈਲਪਰ ਚਾਹੀਦਾ ਸੀ ਬੱਚੇ ਦੇ ਕਿੰਨੇ ਕੁ ਬੱਚੇ ਸਵਾਰ 25 30 ਬੱਚੇ ਆ 25 30 ਪਰਿਵਾਰਾਂ ਦਾ ਇੱਕ ਇੱਕ ਬੱਚਾ ਇਹ ਸਾਰੇ ਸਕੂਲ ਦੀ ਗਲਤੀ ਆ ਸਾਰੀ ਸੱਟਾਂ ਜੀ ਹੁਣ ਜਾ ਕੇ ਪਤਾ ਲੱਗੂ ਕਿਹੜਾ ਦਾ ਫਸਟ ਏਡ ਦਾਖਲ ਕਰਵਾ ਦੇ ਬੱਚੇ ਜਾ ਕੇ ਇਹ ਸਕੂਲ ਵਾਲਿਆਂ ਨੇ 5-5 ਹਜ਼ਾਰ ਤੇ ਬੰਦੇ ਰੱਖੇ ਆ ਕਿਸੇ ਕੋਲੇ ਲਾਇਸੈਂਸ ਨਹੀਂ ਪ੍ਰੋਪਰ ਪ੍ਰਸ਼ਾਸਨ ਨਹੀਂ ਕੁਝ ਨਹੀਂ ਕਰਦਾ ਜੀ ਕਿਸੇ ਤਰ੍ਹਾਂ ਦੀ ਸਾਡੇ ਕੋਲੇ ਦਿਖਾਉਣ ਲਿਆ ਕੇ ਵੀ ਆ ਡਰਾਈਵਰ ਕੋਲੇ ਫਲਾਣਾ ਲਾਇਸੈਂਸ ਆ ਹੈਵੀ ਲਾਇਸੈਂਸ ਟਾਇਰ ਸਾਰੇ ਖਤਮ ਹੋਏ ਆ ਗੱਡੀ ਦੇ ਟਾਇਰ ਸਾਰੇ ਕਿਸੇ ਤਰ੍ਹਾਂ ਦੀ ਕੋਸ਼ਿਸ਼ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਬੱਸ ਦੇ ਵਿੱਚ ਬੱਸ ਦੇ ਮਗਰ ਇੱਕ ਹੈਲਪਰ ਚਾਹੀਦਾ ਇਹ ਲੁਧਿਆਣਾ ਵਾਲੀ ਸਾਈਡ ਤੋਂ ਗੁਰੂਪੁਲ ਦੀਆਂ 2 ਵੈਨਾਂ ਆ ਰਹੀਆਂ ਸੀਗੀਆਂ ਇਹ ਡਿਵਾਈਡਰ ਤੋਂ ਟਰਨ ਕਰਨ ਲੱਗੀਆਂ ਜਦੋਂ ਵਾਪਸ ਗੁਰੂਪੁਲ ਵੱਲ ਨੂੰ ਤਾਂ ਪਿੱਛੋਂ ਇੱਕ ਜਿਹੜਾ ਹੈਗਾ ਸੀਮੈਂਟ ਦੀਆਂ ਜਿਹੜੀਆਂ ਚਾਦਰਾਂ ਨਾਲ ਭਰਿਆ ਹੋਇਆ ਟਰੱਕ 10-14 ਟਰੱਕ ਸੀਗਾ ਉਹ ਆ ਰਿਹਾ ਸੀਗਾ ਉਹ ਬੇਕਾਬੂ ਹੋ ਗਿਆ ਉਹਦੇ ਤੋਂ ਮੁੰਡੇ ਤੋਂ ਅਤੇ ਉਹ ਇਹਨਾਂ ਵੈਨਾਂ ਦੇ ਵਿੱਚ ਵੱਜ ਕੇ ਦੋਨਾਂ ਵੈਨਾਂ ਦੇ ਵਿੱਚ ਬੁਰੀ ਤਰ੍ਹਾਂ ਟੱਕਰੀ ਪਿਛਲੀ ਵੈਨ ਹੈ ਜਿਹੜੀ ਉਹ ਬੁਰੀ ਤਰ੍ਹਾਂ ਨੁਕਸਾਨੀ ਗਈ ਔਰ ਮੂਹਰਲੀ ਵੈਨ ਦੇ ਵਿੱਚ ਜਿਹੜੀ ਪਿਛਲੀ ਵੈਨ ਵੱਜੀ ਹੈ ਉਹਦੇ 'ਤੇ ਟਰੱਕ ਨਹੀਂ ਵੱਜਿਆ ਸੋ ਉਹਦੇ ਵਿੱਚ ਜਿਹੜੇ ਉਹਦੇ ਵਿੱਚ ਵੀ ਬੱਚਿਆਂ ਦੇ ਕਾਫੀ ਜਿਹੜੇ ਹੈਗੇ ਆ ਸੱਟਾਂ ਵੱਜੀਆਂ ਸੋ ਮੇਰੇ ਨਾਲ ਵੀ ਉਹ ਟਰੱਕ ਜਿਹੜਾ ਟਕਰਾ ਚੱਲਿਆ ਸੀ ਕਿਉਂਕਿ ਮੈਂ ਇਸ ਵੇਲੇ ਮਿਸਿਜ ਨੂੰ ਆਪਣੇ ਨੂੰ ਛੱਡ ਕੇ ਮਹਿਣੇ ਨੂੰ ਵਾਪਸ ਆਉਣਾ ਤਾਂ ਉਹ ਮੇਰੇ ਵਿੱਚ ਟਕਰਾਉਣ ਵਾਲਾ ਹੀ ਸੀ ਜਿਹੜੀ 10 ਫੁੱਟ ਦਾ ਫਰਕ ਰਹਿ ਗਿਆ ਜਦੋਂ ਇਹ ਹਾਦਸਾ ਵਾਪਰਿਆ ਅਸੀਂ ਤੁਰੰਤ ਲੋਕਾਂ ਨੇ ਉੱਥੋਂ ਬੱਚਿਆਂ ਨੂੰ ਦਬਾ ਦਬ ਕੱਢਿਆ ਅਤੇ ਕੱਢ ਕੇ ਜਿਹੜਾ ਪ੍ਰਾਈਵੇਟ ਗੱਡੀਆਂ ਦੇ ਵਿੱਚ ਹੀ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਸ਼ਿਫਟ ਕੀਤਾ ਇੱਥੇ ਔਰ ਨਾਲ ਹੀ ਮੈਂ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਨਿਆਸੀ ਜੀ ਨੂੰ ਫੋਨ ਕਰਕੇ ਇਹਨਾਂ ਦੀ ਐਂਬੂਲੈਂਸ ਵੀ ਉੱਥੇ ਮੰਗਾਈ ਔਰ ਸਰਕਾਰੀ ਐਂਬੂਲੈਂਸ ਨੂੰ ਵੀ 108 'ਤੇ ਫੋਨ ਕਰਕੇ ਬੁਲਾਇਆ ਸੋ 2-3 ਬੱਚੇ ਮੈਨੂੰ ਲੱਗਦਾ ਸੀ ਕਿ ਕਾਫੀ ਸੀਰੀਅਸ ਹੈ ਅਤੇ ਬਾਕੀ ਬੱਚਿਆਂ ਦੇ ਜਿਹੜੇ ਕਿੰਨੇ ਬੱਚੇ ਸੀਗੇ ਟੋਟਲ ਤੁਸੀਂ ਜਾਣਕਾਰੀ ਇਹਨਾਂ ਦੋਨਾਂ ਵੈਨਾਂ ਦੇ ਵਿੱਚ 100 ਦੇ ਕਰੀਬ ਬੱਚਾ ਸੀ ਤੁਸੀਂ ਦੇਖੇ ਸਾਰੇ ਆਪ ਸਾਰੇ ਮੇਰੇ ਕੋਲ ਵੀਡੀਓ ਵੀ ਹੈ ਜੀ ਆਪ ਦੇਖਿਆ ਐਕਸੀਡੈਂਟ ਤੁਸੀਂ ਹਾਂਜੀ ਮੇਰੀ ਅੱਖਾਂ ਦੇ ਸਾਹਮਣੇ ਹੋਇਆ ਸਾਰਾ ਕੁਝ ਇਹ ਸਕੂਲ ਬੱਸ ਅਜੀਤਵਾਲ ਸਾਈਡ ਤੋਂ ਮੋਗੇ ਨੂੰ ਜਾ ਰਹੀ ਸੀਗੀ ਜੀ ਆਸੇ ਸਾਈਡ ਦੇ ਉੱਤੇ ਦੱਸਣ 'ਚ ਆ ਰਿਹਾ ਲੋਕਾਂ ਦੇ ਇੱਕ ਹੋਰ ਬੱਸ ਖੜੀ ਸੀਗੀ ਇਸ ਅੱਡੇ ਦੇ ਉੱਤੇ ਮੈਣੇ ਪਿੱਛੋਂ ਇੱਕ ਕਾਫੀ ਤੇਜ਼ ਰਫ਼ਤਾਰ ਟਰੱਕ ਆਇਆ ਜੀ ਉਹ ਬੱਸ ਦੀ ਬੈਕ ਸਾਈਡ ਦੇ ਉੱਤੇ ਬੱਚਾ ਆ ਬੱਸ ਦੇ ਵਿੱਚ 27-28 ਬੱਚੇ ਦੱਸਣ ਦੇ ਮੁਤਾਬਕ ਆ ਉਹਨਾਂ ਵਿੱਚੋਂ ਥੋੜ੍ਹੇ ਜਿਹੇ 4 ਬੱਚੇ ਇੰਜਰਡ ਜ਼ਿਆਦਾ ਨੇ ਜੀ ਬਾਕੀ ਬੱਚੇ ਠੀਕ ਨੇ ਸਰ ਉਹਨਾਂ ਨੂੰ ਇਮੀਡੀਏਟਲੀ ਸਿਵਲ ਹਸਪੀਟਲ ਮੋਗਾ ਦਾਖਲ ਕਰਾਇਆ ਗਿਆ ਉੱਥੇ ਸਾਡੀ ਪੁਲਿਸ ਪਾਰਟੀ ਪਹੁੰਚੀ ਹੋਈ ਆ ਟ੍ਰੀਟਮੈਂਟ ਉਹਨਾਂ ਦਾ ਚੱਲ ਰਿਹਾ ਜੀ ਸਰ ਕਾਫੀ ਲੋਕਾਂ ਦੇ ਨਾਰਾਜ਼ਗੀ ਹੈ ਕਿ ਜਿਹੜੀ ਬੱਸ ਵਾਲੀ ਦੀ ਲਾਪਰਵਾਹੀ ਦੱਸੀ ਆ ਜੀ ਇਹ ਤਾਂ ਹੁਣ ਚੈੱਕ ਕਰਦੇ ਆ ਨਾ ਜੀ ਲੋਕੀ ਦੱਸ ਰਿਹਾ ਜੀ ਉਹਨਾਂ ਦੇ ਦੱਸਣ ਮੁਤਾਬਕ ਆ ਟਰੱਕ ਪਿੱਛੋਂ ਆ ਕੇ ਵੱਜਾਇਆ ਜੀ ਬੱਸ ਤਾਂ ਫਿਰ ਖੜੀ ਹੋਈ ਜੇ ਤਾਂ ਆਮੋ ਸਾਹਮਣੇ ਟੱਕਰ ਹੋਵੇ ਜਾਂ ਸਾਈਡ ਤੋਂ ਹੋਵੇ ਫਿਰ ਆਪਾਂ ਮੰਨ ਸਕਦੇ ਹਾਂ ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX ਨਿਊਜ਼ ਦਾ ਅਫੀਸ਼ੀਅਲ YouTube ਚੈਨਲ।